ਵਧੀਆ ਗੱਲ ਹੈ ਕਿ ਜੇ ਤੁਹਾਡਾ ਘਰ ਵਾਲਾ ਚੰਗਾ ਹੋਏ ਨਾ, ਤੁਹਾਡੀ ਅੱਧਾ ਲਾਈਫ ਜਿਹੜੀ ਹੈ ਨਾ ਆਲਰੇਡੀ ਸੁੱਖ ਹੋ ਜਾਂਦਾ ਹੈ ਉਸ ਲਾਈਫ ਵਿੱਚ। ਸਤਿ ਸ਼੍ਰੀ ਅਕਾਲ। ਇਕੁਆਲਿਟੀ ਦੀ ਆਪਾਂ ਗੱਲ ਕਰ ਰਹੇ ਹਾਂ ਇੱਕ ਫਿਲਮ ਦੇ ਰਾਹੀਂ ਵਿਦ ਇੰਟਰਟੇਨਮੈਂਟ ਮਸਾਲੇ ਦੇ ਫੈਕਟਰ ਨਾਲ, ਤਾਂ ਆਈ ਥਿੰਕ ਇਟਸ ਅ ਗੁੱਡ ਥਿੰਗ ਕਿ ਅਗਸਤ 2019 ਨੂੰ ਆਉਣ ਵਾਲੀ ਹੈ ਫਿਲਮ ਸੁਰਖੀ ਬਿੱਲੀ। 2 ਦਿਨਾਂ ਦੇ ਵਿੱਚ ਇਸ ਫਿਲਮ ਨੇ 2 ਮਿਲੀਅਨ ਤੋਂ ਵੱਧ ਜਿਹੜੇ ਵਿਊਜ਼ ਆ ਉਹ ਕ੍ਰੋਸ ਕਰ ਲਏ ਆ। ਹਾਲੇ ਤੱਕ ਮੈਂ ਟ੍ਰੇਲਰ ਨਹੀਂ ਦੇਖਿਆ, ਬਟ ਲੋਟਸ ਆਫ ਮੈਸੇਜਸ ਫੋਰ ਸਰਗੁਣ ਕਿ ਸਰਗੁਣ ਨੇ ਇੱਕ ਵਾਰ ਫਿਰ ਤੋਂ ਬਹੁਤ ਹੀ ਬ੍ਰਿਲੀਅੰਟ ਟ੍ਰੇਲਰ ਦੇ ਵਿੱਚ ਪਰਫੋਰਮ ਕੀਤਾ, ਬਹੁਤ ਪ੍ਰੋਮਿਸਿੰਗ ਲੱਗ ਰਹੇ ਨੇ। ਸਤਿ ਸ਼੍ਰੀ ਅਕਾਲ, ਮੈਂ ਅਮ੍ਰਿਤਪਾਲ ਸਿਆਰ ਐਂਡ ਵੈਲਕਮ ਟੂ ਅਮੀਰਨ ਵਰਲਡ। ਆਈ ਪ੍ਰਮੋਟ ਪੋਜ਼ਿਟਿਵਿਟੀ। ਜੇ ਹੁਣ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਸਬਸਕ੍ਰਾਈਬ ਹੁਣ ਹੀ ਕਰੋ ਅਤੇ ਬੈਲ ਆਈਕਨ ਪ੍ਰੈਸ ਕਰ ਦਿਓ। ਮੈਂ 1 ਮਿੰਟ ਵੇਟ ਵੀ ਕਰ ਸਕਦੀ ਹਾਂ, ਜਲਦੀ ਕਰੋ। ਡਨ ਕਰਤਾ, ਗੁੱਡ। ਅਗਰ ਇਸ ਮੇਰੇ ਵੇਟ ਕਰਨ ਤੋਂ ਬਾਅਦ ਵੀ ਨਹੀਂ ਕੀਤਾ ਦੈਨ ਦੈਟਸ ਨੋਟ ਫੇਅਰ। ਓਕੇ, ਸੋ ਅੱਜ ਟ੍ਰੇਲਰ ਵਿਊ ਕਰਨ ਵਾਲੀ ਹਾਂ ਮੈਂ, ਨੋਟ ਦ ਰਿਵਿਊ, ਟ੍ਰੇਲਰ ਵਿਊ ਕਰਨ ਵਾਲੀ ਹਾਂ ਸੁਰਖੀ ਬਿੰਦੀ ਦਾ। ਫਿਲਮ ਦੇ ਵਿੱਚ ਲੀਡ ਐਕਟਰ ਨੇ ਸਰਗੁਣ ਮਹਿਤਾ ਔਰ ਗੁਰਨਾਮ ਭੁੱਲਰ। ਗੁਰਨਾਮ ਭੁੱਲਰ ਦੀ ਸਾਲ ਦੀ ਦੂਸਰੀ ਫਿਲਮ ਹੈ, ਪਹਿਲੀ ਫਿਲਮ ਉਹਨਾਂ ਦੀ ਸੀ ਗੁੱਡੀਆਂ ਪਟੋਲੇ, ਵਿਚ ਵਾਜ਼ ਲਾਈਕ ਬਹੁਤ ਰੇਅਰ, ਬਹੁਤ ਘੱਟ ਨਜ਼ਰ ਆਈ ਸੀ, ਬਟ ਇਟ ਵਾਜ਼ ਅ ਡੀਸੈਂਟ ਜੋਬ। ਆਈ ਹੋਪ ਕਿ ਹੁਣ ਐਕਚੁਅਲ ਦੇ ਵਿੱਚ ਵਾਟ ਗੁਰਨਾਮ ਭੁੱਲਰ ਵਿਲ ਡੂ ਇਨ ਐਕਟਿੰਗ, ਕਿਉਂਕਿ ਗੀਤਕਾਰੀ ਤਾਂ ਵਧੀਆ, ਗਾਣੇ ਤਾਂ ਉਹ ਗਾ ਹੀ ਰਹੇ ਨੇ। ਗੱਲ ਕਰਦੇ ਹਾਂ ਫਿਲਮ ਦੇ ਰਾਈਟਰ ਦੀ। ਫਿਲਮ ਦੇ ਰਾਈਟਰ ਜਿਹੜੇ ਨੇ ਉਹ ਪੰਜਾਬੀ ਇੰਡਸਟਰੀ ਦੇ ਵਿੱਚ ਆਪਣਾ ਡੈਬਿਊ ਕਰ ਰਹੇ ਰੁਪਿੰਦਰ। ਰੁਪਿੰਦਰ ਨੇ ਇਸ ਤੋਂ ਪਹਿਲਾਂ ਇੱਕ ਸ਼ਾਰਟ ਫਿਲਮ ਬਣਾਈ ਹੈ, ਯੂਟਿਊਬ 'ਤੇ ਅਵੇਲੇਬਲ ਹੈ, ਕਹੂੰਗੇ ਤਾਂ ਮੈਂ ਲਿੰਕ ਥੱਲੇ ਪਾ ਦੇਵਾਂਗੀ। ਤਾਂ ਉਹ ਫਿਲਮ ਦਾ ਨਾਮ ਹੈਗਾ ਇੱਕ ਖੂਨ ਵਾਲੀ ਚਿੱਠੀ। ਸੋ ਇਸ ਵਾਰੀ ਜਦੋਂ ਤੁਸੀਂ ਫਿਲਮ ਦੇ ਰਾਈਟਰ ਨੂੰ ਮਿਲੋ ਤਾਂ ਪਲੀਜ਼ ਗੇਮਸ ਦੀ ਥਾਂ ਖੂਨ ਵਾਲੀ ਚਿੱਠੀ ਦੇ ਬਾਰੇ ਵੀ ਜ਼ਰੂਰ ਜ਼ਿਕਰ ਕਰੋ, ਬਿਕਾਜ਼ ਉਹਨਾਂ ਦੀ ਉਹ ਪਹਿਲੀ ਅਟੈਂਪਟ ਸੀਗੀ। ਬਹੁਤ ਹੀ ਛੋਟੇ ਜਿਹੇ ਕਰੂ ਦੇ ਨਾਲ, ਕਾਸਟ ਕਰੂ ਦੇ ਨਾਲ ਉਹਨਾਂ ਨੇ ਫਿਲਮ ਬਣਾਈ ਸੀ, ਬਟ ਇਟ ਵਾਜ਼ ਅ ਨਾਈਸ ਡੀਸੈਂਟ ਅਟੈਂਪਟ ਇਨ ਪੰਜਾਬੀ ਸਿਨੇਮਾ। ਸੋ ਦੇਖਦੇ ਹਾਂ ਰੁਪਿੰਦਰ ਐਜ਼ ਅ ਰਾਈਟਰ, ਸਰਗੁਣ ਔਰ ਗੁਰਨਾਮ ਭੁੱਲਰ ਪਹਿਲੀ ਵਾਰ ਔਨ ਸਕਰੀਨ ਨਜ਼ਰ ਆ ਰਹੇ ਨੇ। ਪਹਿਲੀ ਵਾਰ ਇਹ ਦੋਹਾਂ ਦਾ ਹੈ ਨਾ। ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਛੜਾ ਅਤੇ ਕਿਸਮਤ ਦੇ ਡਾਇਰੈਕਟਰ ਜਗਦੀਪ ਸਿੱਧੂ ਨੇ, ਜਿਨ੍ਹਾਂ ਨੂੰ ਹਾਲ ਹੀ ਦੇ ਵਿੱਚ 9 ਅਗਸਤ 2019 ਨੂੰ ਪੰਜਾਬੀ ਫਿਲਮ ਹਰਜੀਤਾ ਦੇ ਲਈ 66th ਨੈਸ਼ਨਲ ਫਿਲਮ ਅਵਾਰਡਸ 2019 ਦੇ ਵਿੱਚ ਬੈਸਟ ਪੰਜਾਬੀ ਫਿਲਮ ਦਾ ਅਵਾਰਡ ਮਿਲਿਆ ਹੈ। ਸੋ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ। ਆਪਣੀ ਗਲੀ ਚ ਨੀ ਵੜਦੀ। ਇੱਕ ਪੌੜੀਆਂ ਵਾਲੀ ਗੱਲ ਤਾਂ ਮੈਂ ਵੀ ਬਹੁਤ ਵਾਰ ਜੱਜ ਕੀਤੀ ਹੈ, ਪਰ ਜਦੋਂ ਵੱਡੀ ਹੋਈ ਤਾਂ ਪਤਾ ਲੱਗਾ ਕਿ ਇਹਦਾ ਕੁਛ ਨਹੀਂ ਹੁੰਦਾ। ਸੋ ਪੌੜੀਆਂ ਵਾਲੀ ਗੱਲ ਤਾਂ ਮੈਂ ਵੀ ਜੱਜ ਕੀਤੀ ਹੈ। ਆ ਤਾਂ ਠੀਕ ਨਹੀਂ ਨਾ, ਮੈਨੂੰ ਲੱਗਦਾ ਤੂੰ ਨਿਕਲੀ ਵੀ ਲਾਟਰੀ ਦਾ ਟੈਸਟ ਚੱਕੀ ਫਿਰਦਾ। ਰਣਦੀਪ ਮੈਂ ਗੱਲ ਪੁੱਛਾਂ, ਤੁਸੀਂ ਕਿਸੇ ਹੋਰ ਨੂੰ ਪਸੰਦ ਕਰਦੇ ਸੀ? ਜ਼ਿੰਦਗੀ ਇੰਨੀ ਸੌਖੀ ਹੁੰਦੀ ਨਾ, ਹੁਣ ਨੂੰ ਪੰਜਾਬ ਦੀਆਂ ਅੱਧੀਆਂ ਕੁੜੀਆਂ ਭਜੀਆਂ ਹੁੰਦੀਆਂ। ਤੁਸੀਂ ਉਸ ਦਿਨ ਪੁੱਛਿਆ ਸੀ ਨਾ ਕਿ ਮੇਰੀ ਜ਼ਿੰਦਗੀ 'ਚ ਕੋਈ ਹੋਰ ਤਾਂ ਨਹੀਂ? ਮੈਨੂੰ ਪਹਿਲਾਂ ਹੀ ਪਤਾ ਸੀ, ਪਰ ਆਹ ਗੱਲ ਇੰਨੇ ਸੋਹਣੇ ਬਣ ਕੇ ਦੱਸਣ ਦੀ ਕੀ ਲੋੜ ਸੀ? ਕੌਣ? ਕੈਨੇਡਾ ਜਾਣ ਦਾ ਸੁਪਨਾ। ਪਰਦੇ ਪੈ ਜਾਂਦੇ ਨੇ ਆਪੇ ਆ ਅੰਗੜਾਈਆਂ ਤੇ। ਮੇਰੀ ਅੰਦਰ ਵਾਲੀ ਚਤਰੋ ਦਾ ਵੀ ਬਾਹਲਾ ਚਿੱਤ ਕਰਦਾ ਸੀ ਵੀ ਡਿੰਪਲ ਕਪਾਡੀ ਵਾਲੀ ਬੈਲ ਬਟਮ ਪਾ ਕੇ ਨਾ ਨਹਿਰੂ ਪਾਰ ਵਾਲੇ ਕਾਲਜ ਪੜ੍ਹਨ ਜਾਵਾਂ। ਫਿਰ ਤੇਰੇ ਪਿਓ ਨੇ ਸਾਰੇ ਸੁਪਨੇ ਤੇ ਟੈਂਪੂ ਦੇ ਟਾਇਰ ਥੱਲੇ।
ਆਪਣੀ ਅਰੀਜ਼ਾਂ ਪੂਰੀਆਂ ਕਰਨ ਦਾ ਹੱਕ ਤਾਂ ਸਾਰਿਆਂ ਦਾ ਬਰਾਬਰ ਦਾ ਹੋਣਾ ਚਾਹੀਦਾ ਨਾ। ਕੀ ਕੁੜੀ ਕੀ ਮੁੰਡਾ, ਤੁਸੀਂ ਫਿਕਰ ਨਾ ਕਰੋ, ਤੁਹਾਨੂੰ ਤਾਂ ਮੈਂ ਡਾਕੇ ਛੱਡੂ। ਲਓ ਪਾਣੀ ਮਿੱਠਾ ਕਰੋ। ਤੁਸੀਂ ਸ਼ਹਿਰ ਆ ਕੇ ਜ਼ਿਆਦਾ ਲੁੱਚੇ ਨਹੀਂ ਹੋ ਗਏ? ਲੁੱਚੇ ਲੁੱਚੇ ਕੀ ਸਭ ਲੁੱਚੇ? ਡਾਕੇ ਛੱਡੂ, ਲਓ ਪਾਣੀ ਮਿੱਠਾ ਕਰੋ। ਤੁਸੀਂ ਸ਼ਹਿਰ ਆ ਕੇ ਜ਼ਿਆਦਾ ਲੁੱਚੇ ਨਹੀਂ ਹੋ ਗਏ? ਸੁਰਖੀ ਬਿੰਦੀ ਦਾ ਟ੍ਰੇਲਰ ਦੈਟ ਇਜ਼ ਵੈਰੀ ਨਾਈਸ, ਪ੍ਰੋਮਿਸਿੰਗ, ਫਰੈਸ਼ ਔਰ ਸਵੀਟ ਕੰਟੈਂਟ। ਮਤਲਬ ਇਹ ਮੇਰਾ ਪਹਿਲਾ ਰਿਵਿਊ ਹੈ ਇਸ ਟ੍ਰੇਲਰ ਨੂੰ ਦੇਖ ਕੇ। ਸਰਗੁਣ ਮਹਿਤਾ ਬਹੁਤ ਪ੍ਰੋਮਿਸਿੰਗ ਲੱਗ ਰਹੇ ਨੇ ਐਜ਼ ਯੂਜੂਅਲ। ਇਹ ਬੜੀ ਇੰਟਰਸਟਿੰਗ ਅਤੇ ਨਵੀਂ ਚੀਜ਼ ਹੋਊਗੀ ਕਿ ਪੰਜਾਬੀ ਕਪਲ ਵਿਆਹ ਤੋਂ ਬਾਅਦ ਆਪਣੇ ਰਿਲੇਸ਼ਨ ਨੂੰ ਬੈਲੈਂਸ ਕਰਨ ਦੇ ਲਈ, ਇਕੁਆਲਿਟੀ ਦੇ ਲਈ ਕਿਵੇਂ ਮੈਨੇਜ ਕਰਦਾ ਆ। ਹਮੇਸ਼ਾ ਦਿਖਾਇਆ ਜਾਂਦਾ ਨਾ ਕਿ ਕੁੜੀਆਂ ਮੁੰਡਿਆਂ ਨੂੰ ਸਪੋਰਟ ਕਰਦੀਆਂ ਕਿ ਤੂੰ ਆਪਣੇ ਜਾ ਕੇ ਸੁਪਨੇ ਪੂਰੇ ਕਰ ਲਾ, ਤੂੰ ਜ਼ਿੰਦਗੀ 'ਚ ਜੋ ਬਣਨਾ ਹੈ ਬਣ ਲਾ, ਮੈਂ ਸੈਕਰੀਫਾਈਸ ਕਰਦਾ ਹਾਂ। ਪਰ ਇਹ ਬੜੀ ਸਵੀਟ ਔਰ ਬੜੀ ਕਿਊਟ ਜੀ ਲਵ ਸਟੋਰੀ ਹੈ, ਜੋ ਕਿ ਮੈਨੂੰ ਟ੍ਰੇਲਰ ਦੇ ਵਿੱਚ ਕਾਫੀ ਅੱਛੀ ਲੱਗੀ ਹੈ ਕਿ ਅਗਰ ਕੁੜੀ ਨੇ ਆਪਣੇ ਸੁਪਨੇ ਪੂਰੇ ਕਰਨੇ ਆ ਤਾਂ ਮੁੰਡਾ ਉਹਨੂੰ ਕਿਵੇਂ ਸਪੋਰਟ ਕਰੂਗਾ, ਮੁੰਡਾ ਉਹਦੇ ਲਈ ਕਿਵੇਂ ਸਟੈਂਡ ਲਊਗਾ। ਯੂਜਲੀ ਪੰਜਾਬੀ ਸਿਨੇਮਾ ਦੇ ਵਿੱਚ ਵਿਆਹ ਤਾਂ ਹੁੰਦਾ ਹੀ ਹੈ, ਲੇਕਿਨ ਵਿਆਹ ਤੱਕ ਕਹਾਣੀ ਕਿਵੇਂ ਪਹੁੰਚਦੀ ਆ ਇਹ ਉਹਨਾਂ ਦਾ ਪਲੋਟ ਹੁੰਦਾ ਹੈ। ਲੇਕਿਨ ਇਸ ਵਾਰੀ ਸੁਰਖੀ ਬਿੰਦੂ ਦਾ ਟ੍ਰੇਲਰ ਆ ਉਹ ਇਹ ਦਿਖਾਇਆ ਕਿ ਵਿਆਹ ਤੋਂ ਬਾਅਦ ਕਿਹੜੇ ਕਿਹੜੇ ਪ੍ਰੋ ਕੌਨਸ ਇੱਕ ਹਸਬੈਂਡ ਵਾਈਫ ਨੂੰ ਇੱਕ ਸੈਟਲਡ ਬੈਲੈਂਸਡ ਰਿਲੇਸ਼ਨਸ਼ਿਪ ਦੇ ਵਿੱਚ ਕਿਵੇਂ ਹੋ ਸਕਦਾ ਹੈ। ਬਟ ਐਕਚੁਅਲੀ ਟ੍ਰੇਲਰ ਇਹ ਹੀ ਕਹਿ ਰਿਹਾ, ਔਰ ਆਈ ਥਿੰਕ ਇਹ ਫਰੈਸ਼ਨੈਸ ਹੀ ਕਹਾਣੀ ਦੀ USP ਹੋਊਗੀ ਕਿ ਜਦੋਂ ਇੱਕ ਮੁੰਡਾ ਯਾਨੀ ਹਸਬੈਂਡ ਆਪਣੀ ਵਾਈਫ ਦੇ ਸੁਪਨੇ ਜਦੋਂ ਪੂਰੇ ਕਰਦਾ ਆ, ਉਹਨੂੰ ਸਾਥ ਦਿੰਦਾ ਆ, ਤਾਂ ਕਿੰਨਾ ਵਧੀਆ ਲੱਗਦਾ ਹੈ। ਆਈ ਐਮ ਹੈਪੀ ਬਿਕੋਜ਼ ਆਈ ਰੀਅਲੀ ਵਿਸ਼। ਤਾਂ ਮੈਨੂੰ ਲੱਗਦਾ ਕਿ ਪੰਜਾਬ ਦੀਆਂ ਕੁੜੀਆਂ ਨੂੰ ਇੱਦਾਂ ਦਾ ਹੀ ਕੰਟੈਂਟ ਚਾਹੀਦਾ ਸੀਗਾ, ਕਿਉਂਕਿ ਪੰਜਾਬੀ ਸਿਨੇਮਾ ਦੇ ਵਿੱਚ ਪੰਜਾਬੀ ਗੀਤਾਂ ਦਾ, ਪੰਜਾਬੀ ਫਿਲਮਾਂ ਦਾ ਬਹੁਤ ਅਸਰ ਪੈਂਦਾ ਆਡੀਅੰਸ ਉੱਤੇ। ਔਰ ਆਈ ਹੋਪ ਇਸ ਫਿਲਮ ਦੇ ਵਿੱਚ ਕੁਛ ਐਸਾ ਜ਼ਰੂਰ ਮੈਸੇਜ ਹੋਵੇ ਕਿ ਸਾਡੇ ਜਿਹੜੇ ਪੰਜਾਬ ਦੇ ਮੁੰਡੇ ਆ, ਆਲਰੇਡੀ ਦੇ ਆਰ ਵੈਰੀ ਨਾਈਸ, ਦੇ ਆਰ ਗੋਇੰਗ ਵੈਰੀ ਗੁੱਡ, ਬਹੁਤ ਸਪੋਰਟਿਵ ਨੇ, ਜੋ ਆਪਣੀ ਮਤਲਬ ਮੇਰੇ ਸਰਕਲ ਦੇ ਵਿੱਚ ਐਸੇ ਬਹੁਤ ਸਾਰੇ ਲੋਕ ਨੇ ਜੋ ਆਪਣੇ ਬੈਟਰ ਹਾਫ ਨੂੰ ਸਪੋਰਟ ਕਰਦੇ ਨੇ ਉਹਨਾਂ ਦੇ ਡ੍ਰੀਮਸ ਪੂਰੇ ਕਰਨ ਦੇ ਲਈ। ਆਈ ਰੀਅਲੀ ਵਿਸ਼ ਕਿ ਪੰਜਾਬੀ ਆਡੀਅੰਸ ਇਸ ਫਿਲਮ ਨੂੰ ਦੇਖਣ ਜਾਏ, ਜੋ ਕਿ ਓਬਵੀਅਸਲੀ ਜਾਊਗੀ। ਸਰਗੁਣ ਮਹਿਤਾ ਇਜ਼ ਅ ਬਿਗ ਨੇਮ। ਹਰ ਵਾਰੀ ਪੈਸੇ ਕਮਾਉਣਾ ਸਾਰਾ ਕੁਛ ਨਹੀਂ ਹੁੰਦਾ, ਕਦੀ ਕਦੀ ਸੁਪਨੇ ਪੂਰੇ ਕਰਨਾ ਵੀ ਪੈਸੇ ਕਮਾਉਣ ਨਾਲੋਂ ਕਿਤੇ ਉੱਤੇ ਹੁੰਦਾ, ਜਿਹੜਾ ਸਕੂਨ ਆ। ਸੋ ਆਈ ਹੋਪ ਸੁਰਖੀ ਬਿੰਦੀ ਕੁਛ ਵਧੀਆ ਪੰਜਾਬੀ ਸਿਨੇਮਾ ਨੂੰ ਦੇਖ ਕੇ ਜਾਏਗੀ। ਉਹਦਾ ਸੰਗੀਤ ਜਿਹੜਾ ਬਹੁਤ ਐਵਰੇਜ ਲੱਗਾ ਮੈਨੂੰ, ਕੁਛ ਖਾਸ ਨਹੀਂ ਲੱਗਾ, ਬਟ ਯੂ ਨੈਵਰ ਨੋ, ਆਪਾਂ ਪਹਿਲਾਂ ਜੱਜ ਨਹੀਂ ਕਰ ਸਕਦੇ। ਲੈਟਸ ਸੀ ਹਜੇ ਤੁਹਾਡੇ ਹੋਰ ਵੀ ਗੀਤ ਬਾਕੀ ਆਉਣੇ ਆ। ਇੱਕ ਚੀਜ਼ ਜਿਹੜੀ ਮੈਨੂੰ ਸਮਝ ਨਹੀਂ, ਦੈਟ ਇਜ਼ ਕੈਨੇਡਾ ਦਾ ਐਂਗਲ। ਪਤਾ ਨਹੀਂ ਹੁਣ ਉਹ ਕੈਨੇਡਾ ਜਾਏਗੀ ਕਿ ਨਹੀਂ ਜਾਏਗੀ, ਬਿਕੋਜ਼ ਲਾਸਟ ਵਾਲੇ ਵਿੱਚ ਤਾਂ ਮੈਨੂੰ ਲੱਗਦਾ ਨਹੀਂ, ਬਟ ਇਹ ਥੋੜ੍ਹਾ ਜਿਹਾ ਕਨਫਿਊਜ਼ਨ ਹੈਗਾ ਆ, ਜੋ ਕਿ ਮੈਨੂੰ ਲੱਗਦਾ ਕਲੀਅਰ ਹੋਊਗਾ। 30th August 2019 ਸਰਗੁਣ ਮਹਿਤਾ ਹੀ ਜ਼ਿਆਦਾ ਦਿਖ ਰਹੇ ਨੇ, ਵਿਚ ਇਜ਼ ਵੈਰੀ ਗੁੱਡ ਕਿ ਇਸ ਤਰ੍ਹਾਂ ਦੀਆਂ ਫਿਲਮਾਂ ਬਣ ਰਹੀਆਂ ਨੇ ਜਿੱਥੇ ਕੁੜੀ ਸਿਰਫ ਫਿਲਮ ਦੇ ਵਿੱਚ ਲਵ ਇੰਟਰਸਟ ਨਹੀਂ ਹੈ, ਬਲਕਿ ਸ਼ੀ ਇਜ਼ ਦ ਲੀਡਿੰਗ ਵਨ, ਪੈਰਲਰ ਜਿਹੜੀ ਆ। ਆਪਣੀਆਂ ਰੀਝਾਂ ਪੂਰੀਆਂ ਕਰਨ ਦਾ ਹੱਕ ਤਾਂ ਸਾਰਿਆਂ ਦਾ ਬਰਾਬਰ ਦਾ ਹੋਣਾ ਚਾਹੀਦਾ ਨਾ। ਕੀ ਕੁੜੀ ਕੀ ਮੁੰਡਾ, ਹਰ ਜਗ੍ਹਾ 'ਤੇ ਇਕੁਆਲਿਟੀ ਦੀ ਪ੍ਰੋਬਲਮ ਆ, ਹਰ ਸਟੈਂਡਰਡ ਉੱਤੇ, ਹਰ ਲੈਵਲ ਉੱਤੇ ਸਾਡੀ ਸੋਸਾਇਟੀ ਦੇ ਵਿੱਚ। ਸੋ ਇਹਦੇ ਵਿੱਚ ਵੀ ਜਿਵੇਂ ਟ੍ਰੇਲਰਸ ਦਿਖਾ, ਇਕੁਆਲਿਟੀ ਦੀ ਆਪਾਂ ਗੱਲ ਕਰ ਰਹੇ ਹਾਂ ਇੱਕ ਫਿਲਮ ਦੇ ਰਾਹੀਂ ਵਿਦ ਇੰਟਰਟੇਨਮੈਂਟ ਮਸਾਲੇ ਦੇ ਫੈਕਟਰ ਨਾਲ, ਸੋ ਆਈ ਥਿੰਕ ਇਟਸ ਅ ਗੁੱਡ ਥਿੰਗ, ਆਈ ਹੋਪ ਫੋਰ ਦਾ ਸੁਰਖੀ ਬਿੰਦੀ। ਐਂਡ ਥੈਂਕ ਯੂ ਫੋਰ ਵਾਚਿੰਗ ਅਮੀਰ ਐਂਡ ਵਰਲਡ। ਅਗਲੀ ਵਾਰ ਫਿਰ ਮਿਲਦੇ ਹਾਂ ਹੋਰ ਪੰਜਾਬੀ ਕੰਟੈਂਟ ਦੇ ਨਾਲ, ਪੋਜ਼ਿਟਿਵ ਕੰਟੈਂਟ ਦੇ ਨਾਲ। ਸਪੋਰਟ ਪੰਜਾਬੀ ਸਿਨੇਮਾ, ਅਤੇ ਇੱਕ ਵਾਰ ਫਿਰ ਜੇ ਹੁਣੇ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ।